ਸੱਚ ਤੇ ਪੈਰਾ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਡਾ ਸਤਿ ਸ਼੍ਰੀ ਅਕਾਲ। ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਦੀਪ ਸਿੰਘ ਸਿੱਧੂ ਜੋ ਐਸਐਸਪੀ ਪਟਿਆਲਾ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਉਹਨਾਂ ਦਾ ਹੁਕਮ ਹੋਇਆ ਸੀ ਕਿ ਤੁਸੀਂ ਵੀ ਸਲੰਮ ਏਰੀਏ 'ਚ ਜਾਓ ਅਤੇ ਜਿਹੜੇ ਮਤਲਬ ਲੋਕ ਨੇ ਹੈਗੇ ਆਪ ਮਾਸਕ ਨਹੀਂ ਖਰੀਦ ਸਕਦੇ ਉਹਨਾਂ ਲਈ ਮਾਸਕਾਂ ਦਾ ਅਰੇਂਜ ਕਰਕੇ ਅਤੇ ਉਹਨਾਂ ਨੂੰ ਉਹਨਾਂ ਤੱਕ ਪਹੁੰਚਦੇ ਕਰੋ। ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਸੀਂ ਜਿਹੜੀ ਤੁਸੀਂ ਆਪ ਦੇਖ ਹੀ ਰਹੇ ਹੋ ਕਰੋਨਾ ਨਾਂ ਦੀ ਨਾਮਰਾਦ ਬਿਮਾਰੀ ਬਹੁਤ ਜ਼ਿਆਦਾ ਹੁਣ ਅਗਲੇ ਚਰਨ 'ਚ ਪਹੁੰਚ ਗਈ ਹੈ ਅਤੇ ਜ਼ਿਆਦਾ ਲੋਕ ਜਿਵੇਂ ਮਤਲਬ ਆਪਾਂ ਨੂੰ ਪਤਾ ਹੀ ਨਹੀਂ ਇਹ ਕਿਹੜਾ ਬੰਦਾ ਅਫੈਕਟਡ ਹੈ ਜਾਂ ਨਹੀਂ। ਇਸ ਕਰਕੇ ਇਹਦੀ ਰੋਕਥਾਮ ਲਈ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਹੁਕਮ ਦਿੱਤੇ ਨੇ ਵੀ ਇਹਨਾਂ ਸਲੰਮ ਏਰੀਏ 'ਚ ਜਾਓ ਅਤੇ ਉਹਨਾਂ ਨੂੰ ਮਾਸਕ ਦਿਓ। ਉਹ ਅਸੀਂ ਕੱਪੜੇ ਵਾਲੇ ਮਾਸਕ ਬਣਵਾ ਕੇ ਅਤੇ ਨੌਜਵਾਨ ਕਲੱਬ ਹੈ ਸਾਡੇ ਨਾਲ ਕਰ ਰਹੇ ਨੇ ਅਤੇ ਅਸੀਂ ਹੋਰ ਵੀ ਦੇਖ ਰਹੇ ਹਾਂ ਜਿਵੇਂ ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਹੈ ਮੋਟਰਸਾਈਕਲ ਤਾਂ ਲੈ ਲੈਂਦੇ ਹੈ ਪਰ ਉਹ ਹੈਲਮਟ ਨਹੀਂ ਬਾਏ ਕਰ ਸਕਦੇ ਪਰ ਉਹਨਾਂ ਨੂੰ ਅਸੀਂ ਹੈਲਮਟ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਅਤੇ ਅਸੀਂ ਜਿਹੜਾ ਇਹ ਜਿਹੜੇ ਹੈਗੇ ਇਹਨਾਂ ਦੀ ਮਦਦ ਨਾਲ ਅਸੀਂ ਹੋਰ ਵੀ ਮਾਸਕ ਪ੍ਰੋਵਾਈਡ ਕਰਾਂਗੇ। ਹੈਲਮਟ ਅਸੀਂ ਕਿੱਥੇ ਕਿੱਥੇ ਦਿੱਤੇ ਨੇ ਹੁਣ ਤੱਕ ਜੀ? ਹੈਲਮਟ ਅਸੀਂ ਹਲੇ ਜਿਵੇਂ ਕਹਿ ਲਓ ਚਨਾਗਰਾ ਰੋਡ 'ਤੇ ਦਿੱਤੇ ਆ ਕੁਛ ਜਿਹੜੇ ਬੱਚੇ ਜਿਹੜੇ ਹੈਗੇ ਨੇ ਵੀ ਲਾਇਸੈਂਸ ਤਾਂ ਹੈ ਪਰ ਅੱਗੇ ਨਹੀਂ ਲੈ ਰਹੇ ਉਹਨਾਂ 'ਤੇ ਇਨਫੋਰਸਮੈਂਟ ਵੀ ਕਰ ਰਹੇ ਹਾਂ ਅਤੇ ਹਲੇ ਫਸਟ ਟਾਈਮ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਵੀ ਤੁਹਾਡੀ ਜ਼ਿੰਦਗੀ ਹੈ ਤਾਂ ਹੀ ਤੁਸੀਂ ਇਹ ਮੋਟਰਸਾਈਕਲ ਚਲਾ ਸਕਦੇ। ਜਿਹੜੇ ਮਾਸਕ ਵੰਡੇ ਆਮ ਲੋਕ ਤਾਂ ਮਾਸਕ ਲੈ ਲੈਂਦੇ ਪਰ ਲਾਉਂਦੇ ਨਹੀਂ, ਉਹਨਾਂ ਨੂੰ ਅਪੀਲ ਕੀ ਕਰਦੇ? ਇਹ ਸਾਡੀ ਜਿਵੇਂ ਕਹਿ ਲਓ ਅਪੀਲ ਵੀ ਹੈ, ਮੇਰੀ ਜਿਵੇਂ ਕਹਿ ਲਓ ਸਖਲ ਚੇਤਾਵਨੀ ਵੀ ਹੈ ਵੀ ਜੇ ਹੁਣ ਇਹ ਜਿਵੇਂ ਹੁਣ ਜਿਹੜੀ ਬਿਮਾਰੀ ਹੈ ਇਹ ਤੁਹਾਡੇ ਨਾਲ ਬਿਲਕੁਲ ਰਿਆਇਤ ਨਹੀਂ ਕਰੂਗੀ, ਵੀ ਇਹ ਮਤ ਸੋਚੋ ਵੀ ਹਾਂ ਵੀ ਇਹ ਜਿਹੜੀ ਆ ਉਹਨੂੰ ਬਿਮਾਰੀ ਹੋਣੀ ਹੈ ਮੈਨੂੰ ਨਹੀਂ। ਇਸ ਕਰਕੇ ਤੁਸੀਂ ਜੇ ਤੁਸੀਂ ਨਾ ਇਹ ਕਰੋਗੇ ਤਾਂ ਹਰੇਕ ਬੰਦੇ ਨੂੰ 500 ਰੁਪਏ ਪਰ ਹੈਡ ਜਿਹੜਾ ਕਿ ਜੁਰਮਾਨਾ ਪੇ ਕਰਨਾ ਪਊਗਾ। ਇਹਦਾ ਅਸੀਂ ਸਖਤੀ ਨਾਲ ਇੰਪਲੀਮੈਂਟ ਕਰਾਂਗੇ। ਜਲਦੀ ਅਸੀਂ ਫਸਟ ਟਾਈਮ ਇਹੀ ਕਰ ਰਹੇ ਹਾਂ ਵੀ ਬਿਲਕੁਲ ਫਸਟ ਟਾਈਮ ਤੋਂ ਇਨਫੋਰਸਮੈਂਟ ਨਾ ਕੀਤੀ ਜਾਵੇ, ਇਹਨਾਂ ਲੋਕਾਂ ਨੂੰ ਪਿਆਰ ਨਾਲ ਜਿਹੜਾ ਲੋਕ ਨਹੀਂ ਲੈ ਸਕਦੇ ਉਹਨਾਂ ਨੂੰ ਦਿੱਤੇ ਜਾਣ ਅਤੇ ਫਿਰ ਉਸ ਤੋਂ ਬਾਅਦ ਅਸੀਂ ਇਨਫੋਰਸਮੈਂਟ ਵੀ ਕਰਾਂਗੇ। ਮੇਰਾ ਨਾਮ ਮਨਵੀਰ ਸਿੰਘ ਹੈ, ਸਾਡੀ ਨੌਜਵਾਨ ਲਹਿਰ ਪੰਜਾਬ ਵੱਲੋਂ। ਅਸੀਂ ਸਾਰਿਆਂ ਨੇ ਸ਼ਹਿਰ 'ਚ ਵੱਧ ਰਹੀ ਟ੍ਰੈਫਿਕ ਕਰਕੇ ਹੋ ਰਹੇ ਰੋਡ ਐਕਸੀਡੈਂਟਾਂ ਕਰਕੇ ਅਸੀਂ ਹੈਲਮਟ ਵੰਡਣ ਦਾ ਉਪਰਾਲਾ ਸ਼ੁਰੂ ਕੀਤਾ ਤਾਂ ਜੋ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਹੈਲਮਟ ਪਾ ਕੇ ਆਪਣੇ ਘਰ ਤੋਂ ਨਿਕਲੋ। ਹੈਲਮਟ ਸਾਡੀ ਸੇਫਟੀ ਵਾਸਤੇ ਆ, ਅਸੀਂ ਕਿਸੇ ਵੀ ਪੁਲਿਸ ਵਾਲੇ ਤੋਂ ਜਾਂ ਆਪਾਂ ਪ੍ਰਸ਼ਾਸਨ ਤੋਂ ਡਰ ਕੇ ਹੈਲਮਟ ਨਹੀਂ ਪਾਉਣਾ, ਅਸੀਂ ਆਪਦੀ ਜ਼ਿੰਦਗੀ ਲਈ ਹੈਲਮਟ ਪਾਉਣਾ। ਕਰੋਨਾ ਨੂੰ ਦੇਖਦੇ ਹੋਏ ਜਿਵੇਂ ਸ਼ਹਿਰ 'ਚ ਬਹੁਤ ਜ਼ਿਆਦਾ ਕੇਸ ਵੱਧ ਰਹੇ ਨੇ, ਅਸੀਂ ਪਿਛਲੇ ਦਿਨ ਕਰੋਨਾ ਅਵੇਅਰਨੈਸ ਪੋਸਟਰ ਵੀ ਸ਼ਹਿਰ 'ਚ ਤਕਰੀਬਨ ਕਈ ਥਾਵਾਂ 'ਤੇ ਬੈਂਕਾਂ 'ਤੇ ਜਿੱਥੇ ਜ਼ਿਆਦਾ ਭੀੜ ਹੁੰਦੀ ਹੈ ਸਰਕਾਰੀ ਹਸਪਤਾਲ ਤਕਰੀਬਨ ਸਾਰੇ ਥਾਵਾਂ 'ਤੇ ਅਸੀਂ ਪੋਸਟਰ ਲਾਏ ਨੇ, ਉੱਥੇ ਵੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।